ਪੰਜਾਬ ਦੇ ਦਰਿਆਈ ਪਾਣੀਆਂ ਦੀ ਹੋ ਰਹੀ ਲੁੱਟ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਦੀ ਇੱਕ ਵੱਡੀ ਜਿਹੜੀ ਕਨਵੈਨਸ਼ਨ ਉਹ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਕੀਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਕਿਰਤੀ ਕਿਸਾਨ ਮੋਰਚੇ ਦੇ ਵੱਲੋਂ ਦੀ ਹੈ ਜਿਹੜਾ ਇਹ ਪਹਿਲ ਕਦਮੀ ਕੀਤੀ ਗਈ ਹੈ ਜਿੱਥੇ ਕਿ ਦਰਿਆਈ ਪਾਣੀਆਂ ਨੂੰ ਬਚਾਉਣ ਦੇ ਲਈ ਵੱਖ-ਵੱਖ ਆਪਣੇ ਤਰਕ ਵੀ ਇਸ ਮੌਕੇ ਤੇ ਪੇਸ਼ ਕੀਤੇ ਗਏ ਨੇ ਤੁਹਾਨੂੰ ਦੱਸ ਦਈਏ ਕਿ ਇਸ ਕਨਵੈਨਸ਼ਨ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਦੇ ਵੱਲੋਂ ਹਾਜ਼ਰੀ ਭਰੀ ਗਈ ਹੈ ਇਸ ਮੌਕੇ ਤੇ ਕਿਸਾਨਾਂ ਨੇ ਇਹ ਗੱਲ ਆਖੀ ਹੈ ਕਿ 1947 ਦੀ ਵੰਡ ਦੇ ਮੌਕੇ ਤੋਂ ਹੀ ਸੂਬੇ ਪੰਜਾਬ ਦੇ ਪਾਣੀ ਦੇ ਉੱਤੇ ਜਿਹੜੇ ਉਹ ਕੇ ਵੱਜਣੇ ਸ਼ੁਰੂ ਹੋ ਗਏ ਸੀ ਅਤੇ 1955 ਤੋਂ ਹੀ ਪੰਜਾਬ ਦਾ ਜਿਹੜਾ ਪਾਣੀ ਆ ਉਹ ਰਾਜਸਥਾਨ ਨੂੰ ਦਿੱਤਾ ਜਾ ਰਿਹਾ ਦੇਖੋ ਅੱਜ ਦੀ ਜਿਹੜੀ ਸਾਡੀ ਕਨਵੈਨਸ਼ਨ ਹੈ ਇਹ ਪੰਜਾਬੀਆਂ ਨੂੰ ਜਾਗਰੂਕ ਕਰਨ ਦੇ ਲਈ ਇੱਥੇ ਕੀਤੀ ਜਾ ਰਹੀ ਹੈ ਕਿ ਪੰਜਾਬ ਦੇ ਦਰਿਆਈ ਪਾਣੀਆਂ ਦੀ ਕਿਸ ਤਰ੍ਹਾਂ ਲੁੱਟ ਹੈ ਜਿਹੜੀ 47 ਤੋਂ ਪਹਿਲਾਂ ਤੋਂ ਇਹ ਸਾਡੀ ਸੈਂਟਰ ਦੀਆਂ ਜਿਹੜੀਆਂ ਸਰਕਾਰਾਂ ਤੇ ਕਾਰਪੋਰੇਟ ਹੈ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਤੇ ਉਸ ਲੁੱਟ ਨੂੰ ਆਪਾਂ ਕਿਵੇਂ ਇਕੱਠੇ ਹੋ ਕੇ ਰੋਕ ਸਕਦੇ ਆ ਤੇ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਜਿਹੜੀ ਇਹ ਕਨਵੈਨਸ਼ਨ ਹੈ ਉਹ ਇੱਥੇ ਗੁਰਖਾ ਖੂਬੇਖੇ ਕੀਤੀ ਜਾ ਰਹੀ ਹੈ ਇਹ ਕਿਰਤੀ ਕਿਸਾਨ ਮੋਰਚਾ ਵੱਲੋਂ ਸੀਗਾ ਅੱਜ ਦਾ ਪਾਣੀਆਂ ਦੇ ਮੁੱਦੇ ਤੇ ਕਿ ਦਰਿਆਈ ਪਾਣੀਆਂ ਦੀ ਜਿਹੜੀ ਵੰਡ ਹੈ ਤੇ ਉਹਦੇ ਤੇ ਪੰਜਾਬ ਦੀ ਪਹਿਰੇਦਾਰੀ ਦਾ ਸਵਾਲ ਬੜੇ ਲੰਮੇ ਸਮੇਂ ਤੋਂ ਪਾਣੀਆਂ ਦਾ ਮਾਮਲਾ ਚੱਲਦਾ ਆ ਰਿਹਾ ਪਹਿਲਾਂ ਵੀ ਧਰਮਯੁੱਧ ਮੋਰਚਾ ਇਹਦੇ ਆਲੇ ਦੁਆਲੇ ਲੱਗਿਆ ਹੁਣ ਫੇਰ ਦਰਿਆਈ ਪਾਣੀਆਂ ਦੀ ਵੰਡ ਇੱਕ ਪਹਿਲੂ ਹੈ ਧਰਤੀ ਹੇਠਲਾ ਪਾਣੀ ਮੁੱਕ ਚੱਲਿਆ ਇਹ ਦੂਜਾ ਪਹਿਲੂ ਹੈ ਪਾਣੀ ਗੰਧਲਾ ਹੋ ਰਿਹਾ ਪ੍ਰਦੂਸ਼ਿਤ ਹੋ ਰਿਹਾ ਉਹਨੂੰ ਕਿਵੇਂ ਠੀਕ ਕਰਨਾ ਹੈ ਤੀਜਾ ਪਹਿਲੂ ਹੈ ਇਹ ਸਾਰੇ ਮੁੱਦਿਆਂ ਦੇ ਉੱਤੇ ਗੱਲਬਾਤ ਅੱਜ ਦੇ ਸੈਮੀਨਾਰ 'ਚ ਕੀਤੀ ਗਈ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਇਹ ਬਹੁਤ ਵੱਡਾ ਮੁੱਦਾ ਪੰਜਾਬ ਲਈ ਰਹਿਣ ਵਾਲਾ ਹੈ ਪੰਜਾਬ ਦੇ ਲੋਕਾਂ ਲਈ ਕਿਉਂਕਿ ਉਹਨਾਂ ਦੇ ਜੀਵਨ ਨਾਲ ਬਹੁਤ ਨੇੜੇੋਂ ਜੁੜਿਆ ਹੋਇਆ ਹੈ ਪੰਜਾਬ ਦੀ ਬਨਸਪਤੀ ਨਾਲ ਪੰਜਾਬ ਦੀਆਂ ਫਸਲਾਂ ਨਾਲ ਪੰਜਾਬ ਦੀਆਂ ਨਸਲਾਂ ਨਾਲ ਇਸੇ ਕਰਕੇ ਇਹ ਅੱਜ ਦੀ ਜਿਹੜੀ ਚਰਚਾ ਜਾਦਾ ਸਾਰਥਕ ਚਰਚਾ ਮੰਨੀ ਜਾ ਸਕਦੀ ਹੈ ਜਿਹਦਾ ਜਿਹੜਾ ਸਾਡਾ ਪ੍ਰੋਗਰਾਮ ਆ ਜੀ ਪੰਜਾਬ ਦੀ ਦਰਿਆਈ ਪਾਣੀਆਂ ਦੀ ਲੁੱਟ ਦੇ ਉੱਤੇ ਅਸੀਂ ਸੈਮੀਨਾਰ ਕਰਵਾਇਆ ਜਿਸ ਵਿੱਚ ਉੱਗੇ ਵਿਦਵਾਨ ਪੱਤਰਕਾਰ ਹਮੀਰ ਸਿੰਘ ਜੀ ਨੇ ਸੰਬੋਧਨ ਕੀਤਾ ਕਿ ਆ ਜਿਹੜੇ ਪੰਜਾਬ ਹੈ ਅੱਜ ਪੰਜਾਬ ਜਿਹੜਾ ਹੈਗਾ ਲੱਗ ਲੱਗ ਜਗ੍ਹਾ ਧਰਨੇ ਲੱਗ ਰਹੇ ਆ ਮਜਾਰੇ ਹੋ ਰਹੇ ਆ ਕਿ ਪੰਜਾਬ ਦੇ ਲੋਕਾਂ ਦੀ ਲੁੱਟ ਕੀਤੀ ਜਾ ਰਹੀ ਆ ਤੇ ਅੱਜ ਸਾਨੂੰ ਇਹ ਗੱਲਾਂ ਪਤਾ ਲੱਗੀਆਂ ਕਿ ਪੰਜਾਬ ਦਾ ਡਰਾਹੀ ਪਾਣੀ ਜੋ ਦੂਜੇ ਸੁੱਬਿਆਂ ਦੁਆਰਾ ਲੁੱਟਿਆ ਗਿਆ ਜਿਸ ਵਿੱਚ ਅਸੀਂ 34 ਲੱਖ ਕਰੋੜ ਦੇ ਆਸ-ਪਾਸ ਜਿਹੜਾ ਪੈਸਾ ਉਹ ਸੀ ਦੂਜੇ ਸੁੱਬਿਆਂ ਤੋਂ ਰੈਲਟਿਵ ਵਜੋਂ ਲੈਣਾ ਤੇ ਹੋਰ ਵੀ ਜਿਹੜੇ ਸਾਡੇ ਰੋਪੜ ਜ਼ਿਲ੍ਹੇ ਦੇ ਵਿੱਚ ਜਿਹੜੇ ਸੂਏ ਆ ਪੰਜਾਬ ਦੇ ਕਿਸਾਨ ਨੇ ਉਹਨਾਂ ਨੂੰ ਦਰਿਆਈ ਪਾਣੀ ਦੀ ਸਹੂਤਾ ਜਿਹੜੀ ਦੇਣੀ ਚਾਹੀਦੀ ਹੈ ਸਰਕਾਰ ਨੂੰ ਉਹ ਨਹੀਂ ਦੇ ਰਹੀ ਉਹ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸੰਘਰਸ਼ ਕਰਾਂਗੇ ਤੇ ਮੰਗ ਕਰਾਂਗੇ ਕਿ ਸਾਡੇ ਪੰਜਾਬ ਦੇ ਲੋਕਾਂ ਦੀ ਜਿਹੜੀ ਦਰਿਆਈ ਪਾਣੀ ਦੀ ਲੁੱਟਾ ਬੰਦ ਕੀਤੀ ਜਾਵੇ ਸਾਡੀ ਬਣਦੀ ਰਿਐਲਿਟੀ ਸਾਨੂੰ ਦਿੱਤੀ ਜਾਵੇ ਤੇ ਸਾਡੇ ਲੋਕਾਂ ਦੇ ਨਾਲ ਇਨਸਾਫ ਕੀਤਾ ਜਾਵੇ ਇਹ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ